ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਧਿਆ ਨੂੰ ਜੀ ਆਇਆਂ ਨੂੰ ਡਾਕਟਰ ਨੇ ਇਥੇ ਨੌਜਵਾਨ ਦੇ țeਡ ਵਿੱਚੋਂ ਕੱਢੀ ਵੋਟਕਾ ਦੀ ਬੋਤਲ ਦੇਖ ਕੇ ਹਰ ਕੋਈ ਰਹਿ ਗਿਆ ਹੈਰਾਨ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਰਾਪਰਦਾਨ ਦਾ ਅਨਸਰ ਇਹ ਮਾਮਲਾ ਨੇ ਪਾਲਤੂ ਸਾਹਮਣੇ ਹੈ ਜਿੱਥੇ ਇੱਕ ਵਿਅਕਤੀ ਦੇ ਢਿੱਡ ਦੇ ਵਿੱਚ ਡਾਕਟਰਾਂ ਵੱਲੋਂ ਵੋਟਕਾ ਦੀ ਬੋਤਲ ਕੱਢੀ ਗਈ ਹੈ ਡਾਕਟਰਾਂ ਵੱਲੋਂ ਇੱਕ ਵਿਅਕਤੀ ਦੇ ਪੇਟ ਦੇ ਵਿੱਚ 2.5 ਘੰਟੇ ਦੀ ਸਰਜਰੀ ਕਰਕੇ ਬੋਤਲ ਕੱਢੀ ਗਈ ਜਦੋਂ ਉਸ ਵਿਅਕਤੀ ਦੇ ਢਿੱਡ ਦੇ ਵਿੱਚ ਦਰਦ ਹੋਣ ਤੇ ਜੀਹਾਂ ਉਹ ਹਸਪਤਾਲ ਆਇਆ ਤਾਂ ਜੀ ਹਾਂ ਉਸ ਦੇ ਢਿੱਡ ਦੇ ਵਿੱਚ ਜੀ ਹਾਂ ਬੋਤਲ ਨਿਕਲੀ ਗਈ ਦੱਸਿਆ ਗਿਆ ਹੈ ਕਿ ਨੂਰੁਦ ਮੰਤਰੀ ਨਾਮ ਦੇ ਵਿਅਕਤੀ ਨੂੰ ਹਸਪਤਾਲ ਜਾਂਦਾ ਗਿਆ ਦੱਸਿਆ ਗਿਆ ਹੈ ਕਿ ਜਿੱਤੇ ਡਾਕਟਰਾਂ ਵੱਲੋਂ ਉਸ ਦਾ ਸਫਲਤਾਪੂਰਵਕ ਆਪਰੇਸ਼ਨ ਕੀਤਾ ਗਿਆ ਤੇ ਬੋਤਲ ਨੂੰ ਬਾਹਰ ਕੱਢਿਆ ਗਿਆ ਡਾਕਟਰਾਂ ਦੱਸਿਆ ਹੈ ਕਿ ਜਿੱਤੇ ਇਸ ਵਿਅਕਤੀ ਦੇ ਪੇਟ ਦੇ ਵਿੱਚ ਮਲ ਦਾ ਰੱਸਾ ਹੋ ਗਿਆ ਸੀ ਤੇ ਅੰਤੜੀਆਂ ਵਿੱਚ ਸੋਜ ਆ ਗਈ ਸੀ ਕਿਉਂਕਿ ਬੋਤਲ ਦੇ ਕਾਰਨ ਉਸ ਦੀ ਅੰਤੜੀ ਫਟ ਗਈ ਸੀ ਜਿਹੜਾ ਡਾਕਟਰ ਨੇ ਦੱਸਿਆ ਕਿ ਜਿੱਥੇ ਉਸ ਨੂੰ ਸ਼ਰਾਬ ਪਲਾਈ ਗਈ ਉੱਥੇ ਉਸ ਦੇ ਦੋਸਤਾਂ ਵੱਲੋਂ ਉਸ ਦੇ ਗੁੱਦਾ ਰਾਹੀਂ ਇਸ ਬੋਤਲ ਨੂੰ ਉਸ ਦੇ ਢਿੱਡ ਦੇ ਵਿੱਚ ਜ਼ਬਰਦਸਤੀ ਪਾਇਆ ਗਿਆ ਜਿਸ ਤੋਂ ਬਾਅਦ ਉਸ ਦੇ ਕੁਝ ਦੋਸਤਾਂ ਨੂੰ ਪੁੱਛ ਗਿਛ ਲਈਆਂ ਰਸਤਾ ਚਲਾਇਆ ਗਿਆ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ